ਬੜਾ ਆਇਆ ਇੱਥੇ, 24 ਘੰਟੇ ਮੈਂ ਤੈਨੂੰ ਸਿਖਾਉਂਦੀ ਰਹਿੰਦੀ ਹਾਂ। ਬੋਲ, ਏ ਫੋਰ ਆਂਡਾ, ਬੀ ਫੋਰ ਭਾਂਡਾ, ਸੀ ਫੋਰ ਚੌਲ, ਡੀ ਫੋਰ ਡੋਲੂ, ਮਰ ਜਾਣਾ ਫਿਰ ਵੀ ਨਹੀਂ ਮੈਡਮ ਜੀ। ਏ ਫੋਰ ਐਪਲ, ਬੀ ਫੋਰ ਬਾਲ, ਸੀ ਫੋਰ ਕੈਟ, ਆਹ ਜਿਹੜੀ ਮਰ ਜਾਣੀ ਆ ਕੇ ਸਾਰਾ ਘਰ ਦਾ ਦੁੱਧ ਹੀ ਪੀ ਜਾਂਦੀ ਹੈ, ਉਹਨੂੰ ਕਿਉਂ ਰੱਖਾਂ ਮੈਂ ਆਪਣੀ ਅੰਗਰੇਜ਼ੀ 'ਚ, ਕੱਲੇ ਕੱਲੇ ਨੂੰ ਮੈਂ ਪਾ ਦੂੰਗੀ ਪੜ੍ਹਨੇ। ਸਤਿ ਸ਼੍ਰੀ ਅਕਾਲ, ਬਹੁਤ ਗੁੱਸੇ 'ਚ ਆ ਮੈਂ, ਪਤਾ ਕਿਉਂ? ਮੋਰਚਾ ਲਾ ਕੇ ਆਈ ਹਾਂ ਹੁਣੇ ਹੁਣੇ ਸਾਡੀ ਸੈਲਰੀ ਵਧਾਉਣ ਵਾਸਤੇ। ਮਰਜਾ ਨੇ ਕਹਿੰਦੇ ਸੀ ਫਰੂਟੀਆਂ ਪਿਲਾਉਣਗੇ, ਸਵਾਹ ਪਿਲਾਇਆ, ਪਾਣੀ ਵੀ ਨਹੀਂ ਪੁੱਛਿਆ ਕਿਸੇ ਨੇ। ਉੱਪਰੋਂ ਮੈਂ ਇੱਥੇ ਆਈ ਤਾਂ ਕਲਾਸ ਜਮਾਂ ਵੀ ਸਾਫ਼ ਨਹੀਂ। ਇਹਨੂੰ ਕਿਹਾ ਸੀ ਘਰ ਦੀ, ਮਤਲਬ ਘਰ ਦੀ ਤਾਂ ਨਹੀਂ ਕਹਿਣਾ, ਇੱਥੇ ਪੋਲ ਖੁੱਲਜੂ, ਕਲਾਸ ਦੀ ਸਾਰੀ ਸਫਾਈ ਕਰਕੇ ਰੱਖੀ, ਇੱਕ ਵਾਰੀ ਵੀ ਸਫਾਈ ਨਹੀਂ ਕੀਤੀ। ਇੱਕ ਮਿੰਟ ਮਜਰੇ ਦੀ ਫੁੱਟੇ ਦੇ ਨਾਲ ਨਾ ਇੱਧਰ ਕਰ ਹੱਥ, ਪਹਿਲਾਂ ਉੱਧਰ ਲਾ ਕਰ, ਮੇਰਾ ਰਿਵਾਜ਼ ਮੈਂ ਪਹਿਲਾਂ ਦੂਜੇ 'ਤੇ, ਹੁਣ ਇੱਧਰ ਲਾ ਕਰ। ਬੋਲ, ਮੈਨੂੰ ਅੱਜ ਤੋਂ ਬਾਅਦ ਮੇਰੀ ਕਲਾਸ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰੇਗਾ? ਕਰੇਗਾ? ਨਹੀਂ ਕਰੇਗਾ। ਕਿਉਂ ਨਹੀਂ ਕਰੇਗਾ? ਮੇਰਾ ਫੁੱਟਾ ਫਿਰ ਮੈਂ ਕਿੱਥੇ ਲੈ ਕੇ ਜਾਊਂਗੀ? 40 ਰੁਪਈਆਂ ਦਾ ਫੁੱਟਾ ਕਿਸੇ ਦੇ ਕੰਮ 'ਤੇ ਆਵੇ? ਬਸ ਇਹਦੇ ਦੰਦ ਕੱਢਣ ਦੀ ਵਜ੍ਹਾ ਨਾਲ ਹੀ ਨਾ ਮੈਂ ਇਹਨੂੰ ਕਲਾਸ 'ਚੋਂ ਇੱਕ ਦਿਨ ਕੱਢ ਦੇਣਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪਤਾ ਕੀ ਆ, ਮੈਨੂੰ ਗੁੱਸਾ ਬਹੁਤ ਆਉਂਦਾ, ਲੇਕਿਨ ਆਹ ਸਟੂਡੈਂਟ ਮੇਰੀ ਕਲਾਸ ਦਾ ਸਭ ਤੋਂ ਬੇਕਾਰ ਸਟੂਡੈਂਟ ਹੈ। ਬਿਨੋਦ ਨਾਮ ਹੈ ਤਾਂ ਬਿਨੋਦ। ਪਤਾ ਕੀ ਹੋਇਆ, ਇੱਕ ਦਿਨ ਮੈਨੂੰ ਕਹਿੰਦਾ ਭੈਣ ਜੀ, ਮੈਂ ਕਿਹਾ ਹਾਏ ਓਏ, ਤੂੰ ਅੱਜ ਮੇਰੀ ਅਸਾਈਨਮੈਂਟ ਪੂਰੀ ਨਹੀਂ ਕਰਕੇ ਆਇਆ। ਤੈਨੂੰ ਮੈਂ ਕਿਹਾ ਸੀ ਜਿਹੜੀ ਅਸਾਈਨਮੈਂਟ ਦਿੱਤੀ ਉਹਨੂੰ ਕੰਪਲੀਟ ਕਰਕੇ ਆਈ। ਮੈਨੂੰ ਕਹਿੰਦਾ ਮੈਡਮ ਜੀ, ਮੇਰੀ ਅਸਾਈਨਮੈਂਟ ਲੈ ਕੇ ਨਾ ਕੋਈ ਦੌੜ ਗਿਆ, ਕੋਈ ਨਾ ਸਕੂਲ ਦੇ ਬਾਹਰ ਖੜਿਆ ਕਹਿ ਰਿਹਾ ਸੀਗਾ ਕਿ ਨਾ ਗੁਲਾਬੋ ਮੈਡਮ ਜਮਾਂ ਨਾ ਸੋਹਣੀ ਨਹੀਂ ਹੈਗੀ, ਚੱਜ ਨਾਲ ਨਹੀਂ ਪੜ੍ਹਾਉਂਦੀ ਹੈਗੀ, ਅਤੇ ਮੈਂ ਨਾ ਆਪਣੀ ਅਸਾਈਨਮੈਂਟ ਉਹਦੀ ਵਗਾ ਕੇ ਮਾਰੀ। ਬਸ ਮੈਡਮ ਜੀ, ਉਹ ਮੇਰੀ ਅਸਾਈਨਮੈਂਟ ਲੈ ਕੇ ਦੌੜ ਗਿਆ, ਇਸ ਕਰਕੇ ਨਹੀਂ ਆਇਆ। ਅਤੇ ਮੈਂ ਇਹਨੂੰ ਕਹਿ ਦਿੱਤਾ, ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਸੱਚ ਦੇ ਹੱਕ ਦੇ ਪਿੱਛੇ ਜਿਹੜੇ ਬੱਚੇ ਲੜਦੇ ਨੇ ਨਾ ਉਹਨਾਂ ਨੂੰ ਮੈਂ ਵੈਸੇ ਵੀ ਕੁਛ ਨਹੀਂ ਕਹਿੰਦੀ, ਪਰ ਮੈਨੂੰ ਬਾਅਦ 'ਚ ਪਤਾ ਲੱਗਿਆ ਇਹਨੇ ਅਸਾਈਨਮੈਂਟ ਬਣਾਈ ਨਹੀਂ ਸੀਗੀ। ਚੱਲ ਮੇਰੀ ਗੱਲ ਸੁਣ, ਤੂੰ ਅੱਜ ਇੱਕ ਕੰਮ ਕਰ, ਮੇਰੀ ਕਲਾਸ ਦੇ ਵਿੱਚ ਜੇ ਵਾਪਸ ਆਉਣਾ ਨਾ ਤਾਂ ਫਿਰ ਗਰਮਾ ਗਰਮ ਸਮੋਸੇ ਅਤੇ ਲਾਲ ਚਟਨੀ ਲੈ ਕੇ ਆ ਜਾ, ਚੱਲ ਦੌੜ। ਹਾਂ, ਇਹੋ ਜਿਹੇ ਬੱਚਿਆਂ ਨੂੰ ਮੈਂ ਨਹੀਂ ਪੜ੍ਹਾਉਂਦੀ। ਪਹਿਲਾਂ ਪੜ੍ਹਨੇ ਕਿਹੜਾ ਆਇਆ? ਹੈਲੋ ਹੈਲੋ ਹੈਲੋ, ਹਟ ਜਾ ਤੂੰ, ਦੌੜ ਜਾ ਤੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਡਮ ਜੀ। ਮੈਂ ਤੇ ਬਹੁਤ ਹੀ ਜ਼ਿਆਦਾ ਨਾ ਸਤਾਈ ਪਈ ਹਾਂ ਲੋਕਾਂ ਦੀ, ਸੱਚੀ। ਤੁਸੀਂ ਇੰਨਾ ਨਾ ਸਤਿਆ ਕਰੋ, ਕੀ ਨਾ ਸੋਚਾਂ, ਇੰਨਾ ਨਹੀਂ ਗੁੱਸਾ ਕਰੀ। ਮੈਂ ਦਵਿੰਦਰ ਬੋਲੀ ਹਾਂ, ਕਨੈਕਟੀਕਟ ਯੂਐਸਏ ਤੋਂ। ਇੰਨਾ ਨਹੀਂ ਗੁੱਸਾ ਕਰੀਦਾ ਹੁੰਦਾ, ਕਿਉਂਕਿ ਮੈਨੂੰ ਪਤਾ ਆ ਕਿ ਬੱਚੇ ਤੰਗ ਕਰਦੇ ਆ ਸਕੂਲ ਦੇ ਟੀਚਰਾਂ ਨੂੰ, ਪਰ ਟੀਚਰਾਂ ਨੂੰ ਵੀ ਆਪਣਾ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ। ਜਿੱਥੇ ਇੰਨਾ ਗੁੱਸਾ, ਮੇਰੀ ਗੱਲ ਤੇ ਸੁਣੋ ਦਵਿੰਦਰ ਭੈਣ ਜੀ, ਵਾਸਤੇ ਠੀਕ ਨਹੀਂ ਹੋ। ਦਵਿੰਦਰ ਭੈਣ ਜੀ, ਮੇਰੀ ਗੱਲ ਸੁਣੋ, ਕਿੱਦਾਂ ਗੁੱਸਾ ਨਾ ਆਵੇ? ਪਹਿਲਾਂ ਲੋਕੀ ਟੀਚਰਾਂ ਨੂੰ ਟੀਚਰਾਂ ਸਮਝਦੇ ਹੁੰਦੇ ਸੀ, ਅੱਜ ਕੱਲ ਤੇ ਟੀਚਰਾਂ ਨੂੰ ਟੀਚਰਾਂ ਹੀ ਮਾਰੀ ਜਾਂਦੇ ਨੇ। ਮੈਨੂੰ ਕਹਿਣਗੇ ਫੈਸ਼ਨਾਂ ਦੀ ਪੱਟੀ, ਮੈਡਮ ਦੱਸੋ ਕਿਹੜੇ ਪਾਸੇ ਦੀ ਮੈਂ ਫੈਸ਼ਨ ਕੀਤਾ? ਮੈਨੂੰ ਤਾਂ ਤੁਸੀਂ ਬਹੁਤ ਹੀ ਸੋਹਣੇ ਲੱਗਦੇ ਆ, ਸਾੜੀ ਪਾਈ ਤੁਹਾਨੂੰ ਇੰਨੀ ਸੋਹਣੀ ਲੱਗਦੀ ਹੈ, ਮੈਨੂੰ ਤਾਂ ਆਪਣੀ ਸਕੂਲ ਦੀ ਟੀਚਰ ਯਾਦ ਆ ਗਈ। ਕਿਹੜੀ ਵਾਲੀ? ਪੰਜਾਬ ਵਾਲੀ। ਪੰਜਾਬੀ ਪੜ੍ਹਾਉਂਦੇ ਸੀ? ਪੰਜਾਬ ਵਾਲੀ ਸੀ, ਇੱਕ ਪੰਜਾਬ ਵਾਲੀ ਸੀ, ਉਹਦਾ ਨਾਮ ਸੀ ਓਬਰਾਏ। ਕੀ ਸੀ? ਇੱਕ ਸੀਗੀ ਦਿੱਲੀ ਵਾਲੀ ਓਬਰਾਏ। ਓਬਰਾਏ ਮੈਡਮ। ਇੱਕ ਸੀਗੀ ਦਿੱਲੀ ਵਾਲੀ ਮਦਾਨ। ਹਾਏ ਦੇਖਿਓ, ਬਲਵਿੰਦਰ ਮਦਾਨ, ਉਹ ਬਿਲਕੁਲ ਹੀ ਮੈਨੂੰ ਇਦਾਂ ਹੁਣ ਤੁਹਾਨੂੰ ਦੇਖ ਕੇ ਮੈਨੂੰ ਉਹ ਯਾਦ ਆ ਗਈ। ਤੁਹਾਡੀਆਂ ਮੈਡਮ ਨੂੰ ਸੈਲਰੀ ਮਿਲ ਜਾਂਦੀ ਸੀ ਟਾਈਮ ਤੇ? ਹਾਂਜੀ ਹਾਂਜੀ। ਸਾਨੂੰ ਤੇ ਅੱਜ ਕੱਲ ਕੁਝ ਹੋਰ ਹੀ ਮਿਲਦਾ ਪਿਆ। ਨਹੀਂ, ਮੇਰੀਆਂ ਟੀਚਰਾਂ ਤਾਂ ਬਹੁਤ ਵਧੀਆ ਸੀਗੀਆਂ। ਮੈਂ ਦੇਖ ਲੋ ਇੰਨੇ ਸਾਲ ਦਾ, ਮੈਂ 72 ਦਾ ਸਕੂਲ ਛੱਡਿਆ ਹੋਇਆ, ਮੇਰੀ ਮੈਡਮ ਇੰਨੀ ਚੰਗੀ ਆ, ਮੇਰੇ ਉਹਦੇ ਨਾਲ ਹਰ ਵਾਰੀ ਗੱਲ ਹੁੰਦੀ ਆ ਹਾਲੇ ਤੱਕ। ਅੱਛਾ, ਇੰਨੀ ਪੁਰਾਣੀ ਮੈਡਮ, ਇੰਨੀ ਪੁਰਾਣੀ ਮੈਡਮ, ਸਾਡਾ ਤਾਂ ਅੱਜ ਕੱਲ੍ਹ ਨਵੀਆਂ ਦਾ ਤੇ ਕੋਈ ਹਿਸਾਬ ਕਿਤਾਬ ਹੀ ਹੈ ਨਹੀਂ, ਸਾਨੂੰ ਤਾਂ ਕੋਈ ਪੁੱਛਦਾ ਹੀ ਹੈ ਨਹੀਂ। ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ, ਤੁਸੀਂ ਹੋਰਾਂ ਦੇ ਨਾ ਪਰਵਾਹ ਕਰੋ, ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ। ਜੇ ਉੱਥੇ ਨਾ ਹੋਈ ਕਿਸੇ ਸਕੂਲ ਸਕਾਲ ਦੇ ਅੰਦਰ ਹੋਈ ਨਾ ਕੋਈ ਕਿਤੇ ਟੀਚਰ ਟੂਚਰ ਦੀ ਰਿਕੁਆਇਰਮੈਂਟ ਤੇ ਮੈਨੂੰ ਜ਼ਰੂਰ ਬੁਲਾ ਲਿਓ, ਪੜ੍ਹੀ ਹੋਈ ਆ 5 ਮੈਂ ਪੂਰੇ, ਸਵੈਟਰ ਸੂਟਰ ਬਣਾ ਕੇ ਗੁਜ਼ਾਰੇ ਕਰਨੇ ਪੈਂਦੇ। ਮੈਂ ਅਗਲਾ ਜਰਾ ਦੇਖਾਂ। ਅੱਛਾ, ਸਵੈਟਰ ਬਣਾ ਲੈਣ ਦਿਓ ਨਾਲ ਨਾਲ। ਹੋਰ ਕੀ, ਸਰਕਾਰੀ ਸਕੂਲ 'ਚ ਲੱਗੀਆਂ ਨਾ ਇਹੋ ਜਿਹੇ ਕੰਮ ਕਰਨੇ ਪੈਂਦੇ ਨੇ ਇੱਥੇ ਤਾਂ। ਇੱਕ ਮਿੰਟ ਆ ਜਾਣਾ ਨਾ ਭੈਣ ਜੀ, ਅਗਲਾ ਫੋਨ ਆਇਆ, ਪਤਾ ਨਹੀਂ ਕਿਹੜਾ ਸਟੂਡੈਂਟ ਹੈ, ਕੋਈ ਮੇਰੇ ਹੀ ਨਾ ਲੱਭ ਜੇ। ਹੈਲੋ। ਠੀਕ ਹੈ, ਓਕੇ ਜੀ। ਹੈਲੋ ਭੈਣ ਜੀ। ਹਾਂਜੀ ਭੈਣ ਜੀ, ਕੌਣ ਬੋਲਦੇ ਹੋ? ਭੈਣ ਜੀ ਗੁਰਚਰਨ ਬੋਲਦੀ ਆ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਤਾਂ ਬੜੀ ਸਤਾਈ ਪਈ, ਮੈਨੂੰ ਤਾਂ ਸੈਲਰੀ ਨਹੀਂ ਦਿੰਦੇ, ਮੈਨੂੰ ਤਾਂ ਲੋਕਾਂ ਦੀਆਂ ਸਵੈਟਰਾਂ ਬੁਣ ਬੁਣ ਕੇ ਗੁਜ਼ਾਰੇ ਕਰਦੀ ਪਈ ਹਾਂ। ਆਪਾਂ ਤਾਂ ਡੇਲੀ ਮੋਰਚੇ ਦੇ ਵਿੱਚ ਮੈਨੂੰ ਲੈ ਜਾਣਗੇ, ਕਹਿਣਗੇ ਗੁਲਾਬੋ ਮੈਡਮ ਸਭ ਤੋਂ ਅੱਗੇ ਬਹਿ ਜਾ ਤੇ ਕਰ ਹਾਏ 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 ਹਾਏ। ਮੈਂ ਤਾਂ ਇੱਦਾਂ ਕਰ ਕਰਕੇ ਥੱਕ ਗਈ।
ਸਵੇਰੇ ਜਿਹੜੇ ਦੋ ਪਰੌਂਠੇ ਖਾ ਕੇ ਜਾਂਦੀ ਆ ਨਾ ਏਦਾਂ ਹੀ ਹਜ਼ਮ ਹੋ ਜਾਂਦੇ ਬੱਚਿਆਂ ਬੱਚਿਆਂ ਨੂੰ ਕਦੋਂ ਪੜਾਉਣੇ ਹੋ ਭੈਣ ਜੀ ਮੈਂ ਕੀ ਕਰਾਂ ਸਾਨੂੰ ਤਾਂ ਮੋਰਚਿਆਂ ਤੋਂ ਟਾਈਮ ਨਹੀਂ ਮਿਲਦਾ ਬੱਚੇ ਸਵਾ ਪੜਾਉਣੇ ਭੈਣ ਜੀ ਉਹ ਦੂਜੀ ਗੱਲ ਇਹ ਹੈ ਸੈਲਰੀ ਟਾਈਮ ਤੇ ਮਿਲਦੀ ਨਹੀਂ ਸਵੈਟਰ ਬੁਣ ਬੁਣ ਕੇ ਤਾਂ ਆਪਾਂ ਗੁਜ਼ਾਰੇ ਕਰਦੀਆਂ ਪਈਆਂ ਮੈਂ ਤੁਹਾਡਾ ਸੁਣਿਆ ਸੀ ਫਰ ਚੌਲ ਡੀ ਫਰ ਡੋਲੂ ਏ ਫਰ ਆਂਡਾ ਮੈਨੂੰ ਲਵਾ ਲੋ ਉੱਥੇ ਤੁਸੀਂ ਆਪਣੇ ਅਮਰੀਕੇ ਸ਼ਮਰੀਕੇ ਟੀਚਰ ਮੈਂ ਪੜਾਉਂਗੀ ਬੱਚੇ ਮੈਂ ਬਣਾਉਂ ਇਹਨਾਂ ਦਾ ਫਿਊਚਰ ਤੁਹਾਨੂੰ ਪਤਾ ਗੁਰਚਰਨ ਭੈਣ ਜੀ ਜਿਹੜੇ ਬੱਚੇ ਨਾ ਮੈਂ ਪੜਾਏ ਕੋਈ ਡਾਕਟਰ ਉਹਦੇ ਦਫ਼ਤਰ ਦੇ ਵਿੱਚ ਉਹਦੇ ਹਸਪਤਾਲ ਦੇ ਅੰਦਰ ਝਾੜੂ ਮਾਰਦਾ ਕੋਈ ਬੱਚਾ ਪੁਲਿਸ ਉਹਦੀ ਗੱਡੀ ਤੋਂ ਅਮਰੀਕਾ ਚ ਸਵੈਟਰ ਨਹੀਂ ਵੰਡ ਦੇਣੇ ਉਹਨਾਂ ਨੇ ਕੌਣ ਭੈਣ ਜੀ ਮੈਂ ਕਿ ਅਮਰੀਕਾ ਚ ਸਵੈਟਰ ਨਹੀਂ ਵੰਡ ਦੇਣੇ ਚਲੋ ਕੋਈ ਗੱਲ ਨਹੀਂ ਸੈਲਰੀਆਂ ਤਾਂ ਮਿਲ ਜਾਣਗੀਆਂ ਇੱਥੇ ਤਾਂ ਸੈਲਰੀਆਂ ਦੇ ਸਿਆਪਾ ਪਿਆ ਹੋਇਆ ਸੈਲਰੀਆਂ ਕਰਕੇ ਤੇ ਮੈਨੂੰ 250 ਰੁਪਏ ਤੇ ਇੱਕ ਸਵੈਟਰ ਮਿਲਦੀ ਹੁੰਦੀ ਮੈਂ ਤਾਂ ਆਹੀ ਬਣ ਲੈਂਦੀ ਹੁੰਨੀ ਆ ਭੈਣ ਜੀ ਹਾਂਜੀ ਮੇਰੀ ਗੱਲ ਸੁਣੋ ਤੁਹਾਡੀ ਆਪਣੀ ਕੋਈ ਸੀਗੀ ਪੁਰਾਣੀ ਟੀਚਰ ਟੂਚਰ ਦੀ ਜਿਹੜੀ ਯਾਦ ਆਂਦੀ ਹੋਵੇ ਹਾਂਜੀ ਇਸ ਟੀਚਰ ਤਾਂ ਯਾਦ ਆਉਂਦੇ ਆ ਕਿਹੜੇ ਮੈਡਮ ਉਹ ਸੀਗੇ ਬਲਵਿੰਦਰ ਭੈਣ ਜੀ ਬਲਵਿੰਦਰ ਭੈਣ ਜੀ ਦੇਖੋ ਪਹਿਲਾਂ ਕਿੰਨੇ ਚੰਗੇ ਹੁੰਦੇ ਸੀ ਸਾਰੇ ਸਾਨੂੰ ਭੈਣ ਜੀ ਕਹਿ ਕੇ ਸਾਦੇ ਹੁੰਦੇ ਸੀ ਅੱਜ ਕੱਲ੍ਹ ਤੇ ਮਿਸ ਗੁਲਾਬੋ ਮਿਸ ਗੁਲਾਬੋ ਐ ਕਰਕੇ ਬੁਲਾਉਂਦੇ ਹੁੰਦੇ ਨੇ ਤੇ ਉਦੋਂ ਸਾਡੇ ਵੇਲੇ ਨਹੀਂ ਸੀ ਭੈਣ ਜੀ ਸਵੈਟਰ ਬੁਣਦੇ ਹੁੰਦੇ ਉਹ ਤਾਂ ਡੰਡੇ ਮਾਰ ਮਾਰ ਕੁੱਟ ਕੁੱਟ ਪੜਾਉਂਦੇ ਹੀ ਹੁੰਦੇ ਇਹ ਡੰਡਾ ਤਾਂ ਮੇਰੇ ਕੋਲ ਵੀ ਹੈਗਾ ਮੈਂ ਵੀ ਕਦੀ ਇੱਕ ਅੱਧੇ ਦੇ ਉੱਤੇ ਹੱਥ ਫੇਰ ਹੀ ਲੈਂਦੀ ਜਦੋਂ ਘਰ ਦੇ ਨਾਲ ਗੁੱਸੇ ਇੱਦਾਂ ਹੋਈ ਹੋਵਾਂ ਨਾ ਲੜਾਈ ਹੋਈ ਹੋਵਾਂ ਫਿਰ ਤਾਂ ਮੈਂ ਇੱਥੇ ਆ ਕੇ ਇੱਦਾਂ ਹੀ ਕਰ ਲੈਂਦੀ ਹਾਂ ਹਾਂ ਗੁਰਚਰਨ ਭੈਣ ਜੀ ਜਾਵਾਂ ਮੈਂ ਅਗਲੇ ਸਟੂਡੈਂਟ ਦਾ ਕਿਸੇ ਦਾ ਫੋਨ ਆਇਆ ਹੋਣਾ ਇਹਨੂੰ ਵੀ ਆਈ ਹੋਣੀ ਕਿਸੇ ਨੂੰ ਆਪਣੀ ਦੀ ਯਾਦ ਭੈਣ ਜੀ ਦੀ ਯਾਦ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਹੈ ਜਦੋਂ ਤੁਸੀਂ ਪੜਾਉਣਾ ਹੀ ਨਹੀਂ ਤੇ ਸੈਲਰੀ ਤੁਹਾਨੂੰ ਕੀ ਮਿਲੇ ਲੈ ਮੈਨੂੰ ਤੁਸੀਂ ਅੰਗਰੇਜ਼ੀ ਦਾ ਕੋਈ ਸਪੈਲਿੰਗ ਪੁੱਛੋ 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 ਸਪੈਲਿੰਗ ਪੁੱਛੋ ਨਹੀਂ ਤੁਹਾਨੂੰ ਸਪੈਲਿੰਗ ਕੀ ਪੁੱਛੀਏ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਜੇ ਪੜਾਓਗੇ ਤੇ ਫੇਰ ਹੀ ਸਪੈਲਿੰਗ ਉਹਨਾਂ ਨੂੰ ਵੀ ਆਉਣਗੇ ਜਿਸ ਤੁਸੀਂ ਬੁਣਨਾ ਹੀ ਸਵੈਟਰ ਹੈ ਤੇ ਪੁੱਛਣਾ ਪਛਾਣਾ ਕੀ ਹੈ ਮੈਂ ਆਪਣੇ ਪੜਾਏ ਹੋਏ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨੀ ਉਹਨਾਂ ਨੂੰ ਇਹ ਕਹਿ ਕੇ ਕਿ ਵਿਆਹ ਕਰਾ ਲਿਓ ਚੰਗੇ ਭਲੇ ਵਿਚਾਰੇ ਰਾਤ ਤੁਰੇ ਫਿਰਦੇ ਨੇ ਇੱਕ ਸਟੂਡੈਂਟ ਸੀਗਾ ਮੇਰਾ ਮੈਂ ਤੁਹਾਨੂੰ ਦੱਸਾਂ ਉਹਨੇ ਕੱਲ ਪਰਸੋਂ ਹੀ ਮੰਗਣਾ ਕਰਾਇਆ ਜੱਸੀ ਦੱਸਿਆ ਸੀ ਨਾ ਹੁਣ ਮੱਥ ਦੇ ਉੱਤੇ ਪਿੱਟਦਾ ਪਿਆ ਹੱਥ ਲਾ ਕੇ ਮੈਡਮ ਜੀ ਫੋਨ ਬਹੁਤ ਕਰਦੀ ਹੈ ਫੋਨ ਬਹੁਤ ਕਰਦੀ ਹੈ ਮੈਂ ਕਿਹਾ ਪਾ ਲੈ ਜਾ ਤੈਨੂੰ ਕਿਹਾ ਸੀ ਚੰਗੀ ਭਲੀ ਸਬਜ਼ੀਆਂ ਦੀ ਰੇੜੀ ਲਾ ਲੈ ਅੱਛਾ ਐਵੇਂ ਵਿਆਹ ਕਰਾ ਕੇ ਬਹਿ ਗਿਆ ਚਲੋ ਅੱਛਾ ਬਾਰ ਬਾਰ ਵਿਆਹ ਕਰਾ ਕੇ ਬਹਿ ਗਿਆ ਕਿ ਇੰਡੀਆ 'ਚ ਇੱਥੇ ਕਰਾ ਲਿਆ ਹੋਣਾ ਕਿਤੇ ਇਹਨੂੰ ਤਾਂ ਕਿਸੇ ਨੇ ਪਿੰਡੂ ਨੇ ਆਪਣੀ ਘਰ ਧੀ ਨਹੀਂ ਸੀ ਦੇਣੀ ਪਤਾ ਨਹੀਂ ਕਿੱਥੋਂ ਲਿਆਇਆ ਬਿਹਾਰ ਤੋਂ ਲੈ ਕੇ ਆਇਆ ਹੋਣਾ ਇਹ ਤਾਂ ਅੱਛਾ ਸਾਡੇ ਵੀ ਇੱਕ ਮੈਡਮ ਹੁੰਦੀ ਸਤਿਆ ਮੈਡਮ ਤੇ ਉਦੋਂ ਹੁਣ ਤੇ ਸਵੈਟਰ ਤੁਸੀਂ ਬੁਣਦੇ ਹੋ ਨਾ ਸਕੂਲ ਟਾਈਮ ਵਿੱਚ ਤੇ ਉਹ ਉਦੋਂ ਚੰਗਾ ਡੰਡਾ ਫੇਰਦੇ ਪੜਾਉਂਦੇ ਬਹੁਤ ਹੁੰਦੇ ਸੀ ਅੱਛਾ ਪਰ ਅਸੀਂ ਵੀ ਮੁੰਡੇ ਤੁਹਾਨੂੰ ਪਤਾ ਹੀ ਸ਼ਰਾਰਤੀ ਬੜੇ ਹੁੰਦੇ ਸੀਗੇ ਅੱਛਾ ਤੇ ਜਦੋਂ ਉਹਨੇ ਅਸੀਂ ਨਾ ਕੰਮ ਕਰਨਾ ਉਹਦਾ ਹਾਂਜੀ ਡਰਾਇੰਗ ਮਾਸਟਰ ਸੀ ਉਹ ਸਾਡੀ ਉਹ ਸਤਿਆ ਅੱਛਾ ਕਾਦੀ ਡਰਾਇੰਗ ਦੀ ਹਾਂਜੀ ਡਰਾਇੰਗ ਦੀ ਸੀ ਤੇ ਉਹ ਜਦੋਂ ਅਸੀਂ ਕੰਮ ਨਾ ਕਰਕੇ ਜਾਣਾ ਸਾਨੂੰ ਜਿਹੜੀ ਸੈਟ ਸਕੇਅਰ ਹੈ ਉਹਦੇ ਨਾਲ ਕੁੱਟਣਾ ਲੱਕੜੀ ਵੀ ਚੰਗੀ ਤਗੜੀ ਸੈਟ ਸਕੇਅਰ ਹੁੰਦੀ ਸੀ ਮੈਂ ਤੇ ਨਾ ਬੱਚਿਆਂ ਨੂੰ ਕੁੱਟਣਾ ਕਰਦੀ ਨਹੀਂ ਹੁੰਦੀ ਅਸੀਂ ਹੱਥ ਕਈ ਵਾਰੀ ਕਰ ਲੈਣਾ ਉਹਨੇ ਫਿਰ ਸੋਟੀ ਮੰਗਾਉਣੀ ਉਹਨੇ ਕਹਿਣਾ ਏਦਾਂ ਨਹੀਂ ਗੱਲ ਬਣਦੀ ਸੋਟੀ ਮੰਗਾ ਕੇ ਨਾ ਤੇ ਜਦੋਂ ਹੱਥ ਕਰਨਾ ਪਿਛਾ ਕਰ ਲੈਣੀ ਉਹਦੇ ਗੋਡੇ ਤੇ ਲੱਗ ਜਾਣੀ ਉਹਨੇ ਕਹਿੰਦਾ ਠਹਿਰੋ ਤੁਹਾਨੂੰ ਬੰਦੇ ਬਣਾਉਣੀ ਹੈ ਜਰਾ ਕੋ ਹਾਏ 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 ਅੱਛਾ ਬੜੀ ਡਾਡੀ ਮੈਡਮ ਸੀਗੀ ਨਾ ਸਾਡੀਆਂ ਮੈਡਮਾਂ ਵਾਲੀ ਹਾਂ ਬੜੀ ਅੜਬ ਮੈਡਮ ਸੀ ਬਹੁਤ ਜ਼ਿਆਦਾ ਮੈਂ ਨਹੀਂ ਪਰ ਉਹ ਜਿਹੇ ਮੈਡਮਾਂ ਠੀਕ ਨੇ ਜਿਹੜੀਆਂ ਸਵੈਟਰ ਬੁਣਦੀਆਂ ਪੜਾਉਂਦੀਆਂ ਕੋਈ ਨਹੀਂ ਡਰ ਤੇ ਕੋਈ ਨਹੀਂ ਲੱਗਦਾ ਇਹਨਾਂ ਮੈਡਮਾਂ ਕੋਲੋਂ ਭਾਵੇਂ ਪੜੋ ਨਾ ਪੜੋ ਮੇਰੇ ਵਰਗੀ ਮੈਡਮ ਨੂੰ ਜੇ ਬਸ ਨਾ 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 ਜੇ ਮੇਰੇ ਵਰਗੀ ਮੈਡਮ ਨੂੰ ਗੁੱਸਾ ਦੇ ਮੈਂ ਤਾਂ ਸਿਲਾਈ ਸਿੱਧਾ ਅੱਖਾਂ ਦੇ ਵਿੱਚ ਵਾੜ ਦਿੰਨੀ ਆ ਮੈਂ ਡੰਡੇ ਡੁੰਡੇ ਨਾਲ ਨਹੀਂ ਕੋਈ ਕੰਮ ਲੈਂਦੀ ਬੱਚੇ ਸਿੱਧਾ ਪੇੜ ਤੇ ਟੰਗ ਦਿੰਨੀ ਆ
ਇੱਕ ਗੱਲ ਹੋਰ ਦੱਸਾਂ, ਇੱਕ ਵਾਰੀ ਨਾ ਇੱਕ ਬੱਚਾ ਮੇਰੀ ਕਲਾਸ 'ਚ ਪੜ੍ਹਦਾ ਹੀ ਕੋਈ ਹੈ ਨਹੀਂ ਸੀ, ਮੈਂ ਚੱਕ ਕੇ ਉਹਨੂੰ ਪੇੜ 'ਤੇ ਪੁੱਠਾ ਟੰਗ ਦਿੱਤਾ, ਅੱਧੇ ਘੰਟੇ ਬਾਅਦ ਥੱਲੇ ਡਿੱਗ ਗਿਆ, ਮੈਂ ਕਿਹਾ ਥੱਕ ਗਿਆ, ਕਹਿੰਦਾ ਨਾ ਮੈਡਮ ਜੀ ਇੰਨੇ ਚਿਰ ਦਾ ਪੇੜ 'ਤੇ ਲੱਗਿਆ ਹੁਣ ਤਾਂ ਮੈਂ ਪੱਕ ਗਿਆ। ਅੱਛਾ, ਹੋਰ ਕੀ, ਕਿਹੋ ਕਿਹੋ ਜਿਹੇ ਨਿਆਣੇ। ਇੱਕ ਮਿੰਟ ਮੈਂ ਇੱਕ ਗੱਲ ਦੱਸਾਂ ਤੁਹਾਨੂੰ, ਉਹ ਮੈਂ ਸਮੋਸੇ ਮੰਗਵਾਏ ਸੀਗੇ, ਉਹ ਰਿਸੈਸ ਪੀਰੀਅਡ ਹੋ ਗਿਆ ਨਾ, ਅਤੇ ਮੈਂ ਜਿਹੜਾ ਸਮੋਸੇ ਖਾ ਕੇ ਆਉਂਦੀ ਹਾਂ ਲਾਲ ਚਟਨੀ ਦੇ ਨਾਲ, ਮੈਨੂੰ ਭੁੱਖ ਬਹੁਤ ਲੱਗੀ ਹੈ, ਫਿਰ ਮੈਂ ਆ ਕੇ ਜਿਹੜਾ ਪੜਨੇ ਪਾਉਂਦੀ ਹਾਂ ਤੁਹਾਨੂੰ ਸਾਰਿਆਂ ਨੂੰ, ਲੈ ਆਇਓ ਇਹ ਗਰਮ ਸਮੋਸੇ ਚਾਹ ਬਣਾ ਲਈ ਨਾਲ। ਹਾਏ 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 ਹਾਏ, ਇੱਕ ਤਾਂ ਨਿਆਣੇ ਨਾ ਇੰਨੀ ਉੱਚੀ ਉੱਚੀ ਬੋਲਦੇ ਨੇ ਕਲਾਸ 'ਚ, ਹੌਲੀ ਕਰਕੇ ਬੋਲੋ, ਚੁੱਪ ਕਰੋ, ਇੰਨੀ ਉੱਚੀ ਉੱਚੀ ਰੌਲਾ ਪਾਇਆ ਮੈਡਮ ਦੇ ਕੰਨਾਂ ਦੇ ਪਰਦੇ, ਪਤਾ ਕਿੰਨੇ ਨਾਜ਼ੁਕ ਮੈਡਮ ਹੈ ਮੈਂ, ਵੈਲਕਮ ਬੈਕ, ਹਾਏ ਮੇਰੇ 'ਤੇ ਕੁੰਡਾ ਹੀ ਡਿੱਗ ਪਿਆ ਹੋਏ, ਹਾਏ 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 ਹਾਏ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਵੀ ਦੇਖੋ ਸਾਰੇ ਬੱਚਿਓ, ਮੈਂ ਨਾ ਹੈਗੀ ਹਾਂ ਟੀਚਰ ਗੁਲਾਬੋ ਭੈਣ ਜੀ, ਗੁਲਾਬੋ ਭੈਣ ਜੀ, ਅਤੇ ਅੱਜ ਨਾ ਮੈਨੂੰ ਸਾਰੇ ਬੱਚੇ ਦੱਸਦੇ ਪਏ ਕਿ ਜਿਨ੍ਹਾਂ ਨੂੰ ਆਪਣੀਆਂ ਪੁਰਾਣੀਆਂ ਟੀਚਰਾਂ ਦੀ ਮੈਨੂੰ ਦੇਖ ਕੇ ਕਿਤੇ ਯਾਦ ਆ ਜਾਏ ਨਾ, ਪਤਾ ਕੀ ਗੱਲ ਹੈ ਸਾਡੇ ਅੱਜ ਕੱਲ੍ਹ ਤਾਂ ਟੀਚਰਾਂ ਦਾ ਤਾਂ ਵਿਚਾਰਿਆਂ ਦਾ ਕੀ ਦੱਸਾਂ, ਸਾਨੂੰ ਤਾਂ ਉੱਦਾਂ ਦੀ ਇੱਜ਼ਤਾਂ ਵੀ ਨਹੀਂ ਮਿਲਦੀਆਂ ਜਿੱਦਾਂ ਪਹਿਲਾਂ ਤੁਸੀਂ ਆਪਣੀਆਂ ਟੀਚਰਾਂ ਨਾਲ ਦਿੰਦੇ ਹੁੰਦੇ ਸੀਗੇ, ਅੱਜ ਕੱਲ੍ਹ ਤਾਂ ਇੱਕ ਬੱਚੇ ਨੂੰ ਕਹਿ ਦਿਓ ਬਣ ਮੁਰਗਾ, ਬਣ ਮੁਰਗਾ ਕਦੇ ਨਹੀਂ ਬਣੂਗਾ, ਉੱਪਰੋਂ ਧਮਕੀਆਂ ਦਊਗਾ, ਪ੍ਰਿੰਸੀਪਲ ਕੋਲ ਚੱਲਾਂ, ਘਰਦਿਆਂ ਨੂੰ ਬੁਲਾ ਕੇ ਲਿਆਊਂਗਾ, ਫਿਰ ਇਸੇ ਕਰਕੇ ਮੈਨੂੰ ਗੁੱਸਾ ਚੜ੍ਹ ਜਾਂਦਾ ਨਾ, ਫਿਰ ਮੈਂ ਪਤਾ ਕੀ ਕਰਦੀ ਹੁੰਦੀ ਹਾਂ, ਮੈਂ ਨਾ ਸਿੱਧਾ ਸਕੂਲੇ ਛੁੱਟੀ ਤੋਂ ਬਾਅਦ ਦੁਕਾਨ 'ਤੇ ਜਾਂਦੀ ਹਾਂ, ਮੁਰਗਾ ਲੈਂਦੀ ਹਾਂ, ਘਰ ਜਾਂਦੀ ਹਾਂ, ਪਕਾਉਂਦੀ ਹਾਂ ਅਤੇ ਖਾਂਦੀ ਹਾਂ, ਮੈਂ ਕਿਹਾ ਨਹੀਂ ਬਣਦੇ ਤਾਂ ਨਾ ਸੀ, ਮੈਂ ਘਰ ਆਪੇ ਬਣਾ ਲੈਣਾ ਮੁਰਗਾ, ਨਾਲੇ 3 4 7 2 5 2 1 2 3 2 ਇਹਦੇ ਉੱਤੇ ਜਰਾ ਮੈਨੂੰ ਫੋਨ ਕਰਕੇ ਦੱਸਿਓ ਤਾਂ ਸਹੀ, ਆ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਮੈਡਮਾਂ ਹੁੰਦੀਆਂ ਸੀਗੀਆਂ ਕਿੰਨੀਆਂ ਇੱਜ਼ਤਾਂ ਹੁੰਦੀਆਂ ਸੀਗੀਆਂ ਮੈਡਮ ਦੀਆਂ, ਹੈ ਨਾ, ਹੁਣ ਜਿੱਦਾਂ ਇਹ ਆਪਣੇ ਜਿਹੜਾ ਮੇਰਾ ਮੁਲਤਾਨੀ ਸਟੂਡੈਂਟ, ਕਿੰਨੀ ਵਧੀਆ ਗੱਲ ਸੁਣਾਈ ਆਪਣੀ ਪਹਿਲੀ ਟੀਚਰ ਦੀ, ਫਿਰ ਦਵਿੰਦਰ ਨੇ ਵੀ ਦੱਸਿਆ ਮੈਨੂੰ ਕਿ ਟੀਚਰ ਦੇ ਬਾਰੇ, ਹੁਣ ਮੈਂ ਤੁਹਾਨੂੰ ਕੀ ਦੱਸਾਂ, ਮੈਨੂੰ ਤਾਂ ਟੀਚਰਾਂ ਨਾ ਕਲਾਸ ਦੇ ਬਾਹਰ ਹੀ ਰੱਖਦੀਆਂ ਹੁੰਦੀਆਂ ਸੀਗੀਆਂ, ਮੈਨੂੰ ਤਾਂ ਕਲਾਸ ਦੇ ਬਾਹਰ ਹੀ ਰੱਖ ਕੇ ਨਾ ਮੁਰਗੀ ਬਣਾ, ਇੱਕ ਦਿਨ ਮੈਨੂੰ ਮੈਡਮ ਕਹਿੰਦੀ ਜਾ ਕੇ ਮੁਰਗਾ ਬਣ, ਮੈਂ ਕਿਹਾ ਮੈਡਮ ਜੀ ਪਹਿਲਾਂ ਆਪੇ ਤਾਂ ਅੰਡਰਸਟੈਂਡ ਕਰ ਲਓ, ਮੁਰਗਾ ਨਹੀਂ ਮੁਰਗੀ ਬਣ। ਬਸ ਉਸੇ ਦਿਨ ਤੋਂ ਨਾ ਮੈਂ ਇਹ ਧਾਰ ਲਿਆ ਸੀਗਾ ਕਿ ਮੈਂ ਵੱਡੇ ਹੋ ਕੇ ਟੀਚਰ ਬਣੂੰਗੀ, ਅਤੇ ਜਿੱਦਾਂ ਮੈਡਮ ਨੇ ਮੇਰੇ ਨਾਲ ਪੜਾਸ ਕੱਢੀ ਹੈ ਨਾ, ਮੈਂ ਵੀ ਪੜਾਸ ਕੱਢੂੰਗੀ ਸਾਰੇ ਸਟੂਡੈਂਟਾਂ ਦੇ ਨਾਲ, ਲੇਕਿਨ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਕਦੀ ਵੀ ਕੋਈ ਟੀਚਰ ਆਪਣੇ ਸਟੂਡੈਂਟ ਨੂੰ ਨਾ ਮੁਰਗਾ ਨਾ ਮੁਰਗੀ ਕੁਛ ਨਹੀਂ ਬਣਾਉਂਦੇ, ਨਾ ਕਹਿੰਦੇ ਨੇ ਹੈਂਡਸ ਅਪ ਹੈਂਡਸ ਅਪ, ਸਾਡੇ ਇੱਥੇ ਤਾਂ ਕਹਿੰਦੇ ਬਸ ਇੱਦਾਂ ਕਰਕੇ ਕਲਾਸ ਤੋਂ ਬਾਹਰ ਇੱਕ ਵਾਰੀ ਕੱਢ ਤਾਂ ਦਿਓ, ਬੱਚੇ ਬੜੇ ਖੁਸ਼ ਹੁੰਦੇ ਨੇ, ਕਲਾਸ ਤੋਂ ਬਾਹਰ ਕੱਢਣ ਦੀ ਦੇਰ ਹੁੰਦੀ ਹੈ, ਅਤੇ ਨਾ ਤੁਸੀਂ ਵੀ ਦੇਰ ਨਾ ਲਾਓ ਮੈਨੂੰ ਜਰਾ ਜਲਦੀ ਦੇ ਨਾਲ, ਹਾਏ ਹੋਏ ਰੱਬਾ ਮੇਰੇ 'ਤੇ ਕੁੰਡਾ ਹੀ ਡਿੱਗ ਪਿਆ, ਤੁਸੀਂ ਮੈਨੂੰ ਨਾ ਜਲਦੀ ਦੇ ਨਾਲ ਨਾ ਫੋਨ ਕਰਕੇ ਨਾ ਅਤੇ ਦੱਸ ਦਿਓ, ਜੇ ਤੁਹਾਨੂੰ ਆਪਣੀ ਕਿਸੇ ਪੁਰਾਣੀ ਟੀਚਰ ਟੂਚਰ ਦੀ ਯਾਦ ਆਉਂਦੀ ਹੋਵੇ, ਕੋਈ ਟੀਚਰ ਇਹੋ ਜਿਹੀ ਹੋਵੇ ਜਿਹੜੀ ਤੁਹਾਡੀ ਮਨਪਸੰਦ ਹੋਵੇ, ਕੋਈ ਇਹੋ ਜਿਹੀ ਟੀਚਰ ਹੋਵੇ ਜਿਹੜੀ ਟੀਚਰ ਦੀ ਸਿੱਖਿਆ ਦਿੱਤੀ ਹੋਈ ਹੁਣ ਤੱਕ ਯਾਦ ਹੋਵੇ, ਕੋਈ ਇਹੋ ਜਿਹੀ ਟੀਚਰ ਹੋਵੇ ਜਿਹੜੀ ਟੀਚਰ ਦੇ ਨਾਲ ਹੁਣ ਤੱਕ ਤੁਸੀਂ ਗੱਲਾਂ ਕਰਦੇ ਹੋ, ਮੈਨੂੰ ਤਾਂ ਭਾਈ ਫੋਨ ਕਰਕੇ ਨਾ ਜਰਾ ਫਟਾਫਟ ਦੱਸ ਦੇਣਾ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਸਿਖਾਇਆ ਸੀ ਅਤੇ ਹੁਣ ਫਿਰ ਸਿਖਾ ਰਹੀ ਹਾਂ, ਕਿਸੇ ਨੇ ਨਹੀਂ ਭੁੱਲਣਾ, ਸਾਰੇ ਬੋਲੋ ਬੋਲੋ, ਗੁਰਚਰਨ ਜੀ ਜਲਦੀ ਬੋਲੋ, ਬੋਲੋ ਦਵਿੰਦਰ ਜੀ ਬੋਲੋ, ਬੱਬੂ ਕਿੱਥੇ ਬੋਲੋ, ਏ ਫੋਰ ਆਂਡਾ, ਬੀ ਫੋਰ ਪਾਂਡਾ, ਸੀ ਫੋਰ ਚੌਲ, ਕੌਲ ਕੌਲ, ਅੱਛਾ ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਜੀ? ਮੇਰਾ ਨਾਮ ਕਰਨ ਹੈਗਾ ਜੀ। ਉਹੀ ਕਰਨ ਤੇ ਨਹੀਂ ਜਿਹਨੂੰ ਮੈਂ ਆਪਣੀ ਕਲਾਸ ਤੋਂ ਕੱਢ ਦਿੱਤਾ ਸੀ? ਨਹੀਂ ਨਹੀਂ ਮੈਮ, ਪੜਦਾ ਬਹੁਤ ਸੀ ਇਸੇ ਕਰਕੇ ਕੱਢਿਆ ਸੀ। ਨਹੀਂ ਮੈਮ। ਮੈਨੂੰ ਦੱਸੋ ਕਿਹੜੀ ਕਲਾਸ ਤੱਕ ਪੜ੍ਹਾਈ ਕੀਤੀ ਹੈ? ਮੈਂ ਜੀ ਐਮਏ ਕੀਤੀ ਹੈਗੀ ਜੀ। ਇੰਨੀ ਤੇ ਮੈਡਮ ਮੈਂ ਨਹੀਂ ਪੜ੍ਹੀ, ਉਹ ਕਿੱਥੇ ਪੜ ਗਿਆ? ਇੱਕ ਮਿੰਟ, ਕਰਨ ਤੁਹਾਨੂੰ ਕਿੰਨੇ ਕਿਹਾ ਸੀ ਇਹਨਾਂ ਪੜ੍ਹਨ ਵਾਸਤੇ? ਮੈਮ ਮੈਂ ਤੁਹਾਡੇ ਕੋਲ ਨਹੀਂ ਪੜ੍ਹਿਆ ਤਾਂ ਹੀ ਪੜ ਗਿਆ ਇਹਨਾਂ। ਅੱਛਾ, ਏਦਾਂ ਨਹੀਂ ਕਹੀਦਾ ਹੁੰਦਾ, ਮੈਂ ਪਤਾ ਕਿੰਨੇ ਬੱਚੇ ਪੜ੍ਹਾਏ ਨੇ, ਪੜ੍ਹਨੇ ਪਾਏ ਨੇ, ਹਲੇ ਤਾਂ ਦੱਸ ਕੇ ਹਟੀ ਹਾਂ, ਮੇਰੇ ਪੜ੍ਹਾਏ ਹੋਏ ਬੱਚੇ ਕੋਈ ਡਾਕਟਰ ਦੇ ਕੋਲ, ਉੱਥੇ ਕਲੀਨਿਕ 'ਚ ਲੱਗੇ ਸਫਾਈਆਂ ਕਰਦਾ, ਕੋਈ ਪੁਲਿਸ ਵਾਲਿਆਂ ਦੀਆਂ ਗੱਡੀਆਂ ਧੋਂਦਾ, ਇੰਨੇ ਬੱਚੇ ਪੜ੍ਹਾਏ ਮੈਂ। ਆਪਣੀ ਕੋਈ ਪੁਰਾਣੀ ਟੀਚਰ ਦੀ ਯਾਦ ਆਉਂਦੀ ਆ? ਹਾਂਜੀ ਹਾਂਜੀ ਬਿਲਕੁਲ ਆਉਂਦੀ ਹੈਗੀ ਜੀ। ਸਾਡੇ ਨਾ ਮੈਡਮ ਸੀਗੇ, ਤਾਰਾ ਮੈਡਮ ਸੀਗੇ। ਸਿਤਾਰਾ ਮੈਡਮ? ਸਿਤਾਰਿਆਂ ਵਾਲੀ ਸਾੜੀ ਤੇ ਮੈਂ ਵੀ ਪਾਈ ਹੈ। ਨਹੀਂ ਤਾਰਾ ਮੈਡਮ ਸੀਗੇ ਉਹ, ਤਾਰਾ ਮੈਡਮ ਦੀ, ਤਾਰਾ ਮੈਡਮ। ਅੱਛਾ ਹਾਂਜੀ, ਤੁਹਾਡੇ ਤੁਹਾਡੇ ਵਰਗੇ ਲੱਗਦੇ ਸੀਗੇ, ਬਿਲਕੁਲ ਸਵੀਟ ਬਿਊਟੀਫੁਲ ਸੀਗੇ ਮੇਰੇ ਵਰਗੇ। ਹਾਂਜੀ 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 ਤੁਹਾਡੇ ਵਰਗੇ। ਮੈਨੂੰ ਨਾ ਕਰਮ ਸ਼ਾਮਰ ਸ਼ਰਮ ਆ ਰਹੀ, ਬਹੁਤ ਸੰਗ ਲੱਗ ਰਹੀ। ਇੱਕ ਮਿੰਟ ਮੈਂ ਅਗਲੇ ਸਟੂਡੈਂਟ ਨਾਲ ਗੱਲ ਕਰ ਲਾਂ।
ਸਾਰੇ ਸੋਹਣੀ ਸੋਹਣੀ ਮੈਡਮ ਕਹਿੰਦੇ, ਮੈਂ ਕਿਹਾ ਮੇਰਾ ਨਾਮ ਗੁਲਾਬੋ ਮੈਡਮ, ਕਹਿੰਦੇ ਨਹੀਂ ਸੋਹਣੀ ਮੈਡਮ ਸੋਹਣੀ ਮੈਡਮ। ਅਗਲੇ ਸਟੂਡੈਂਟ ਦਾ ਫੋਨ ਆ ਗਿਆ, ਹੈਲੋ ਹੈਲੋ, ਕਿੱਦਾਂ ਮੈਡਮ ਜੀ? ਓਹੋ, ਮੈਂ ਤੇ ਬਿਲਕੁਲ ਠੀਕ ਆ, ਤੁਹਾਨੂੰ ਪਤਾ ਪਿਛਲਾ ਬੱਚਾ ਮੈਨੂੰ ਕਹਿ ਕੇ ਗਿਆ ਸੋਹਣੀ ਮੈਡਮ, ਤੁਹਾਡੇ ਵਰਗੀ ਸੋਹਣੀ ਮੈਡਮ ਸੀਗੀ ਮੇਰੀ, ਠੀਕ ਲੱਗ ਰਹੀ ਆ ਮੈਂ? ਹਾਂਜੀ, ਤੁਸੀਂ ਸਾਡੀ ਨਿਰਮਲ ਮੈਡਮ ਵਰਗੀ ਲੱਗਦੇ ਆ। ਤੁਹਾਡੀ ਨਿਰਮਲ ਮੈਡਮ ਵਰਗੀ? ਹਾਂਜੀ, ਸਾਡੀ ਹਿੰਦੀ ਦੀ ਮੈਡਮ ਹੁੰਦੀ ਸੀ, ਮੈਂ ਬਿਲਕੁਲ ਤੁਹਾਡੇ ਵਰਗੀ। ਮੈਂ ਤੇ ਸਾਰੇ ਸਬਜੈਕਟ ਪੜਾ ਲੈਂਦੀ ਆ, ਹਿੰਦੀ ਕੱਲੀ ਨਹੀਂ ਪੜਾਉਂਦੀ। ਉਹ ਕੀ ਕਹਿੰਦੇ ਹੁੰਦੇ ਸੀ, ਕੀ ਖਾਸੀਅਤ ਸੀਗੀ ਤੁਹਾਡੀ ਮੈਡਮ ਦੇ ਵਿੱਚ ਜਿਹੜੇ ਹੁਣ ਤੱਕ ਯਾਦ ਹੈ ਤੁਹਾਨੂੰ? ਉਹਦੀ ਮੈਨੂੰ ਖਾਸੀਅਤ ਬਹੁਤ ਜ਼ਿਆਦਾ, ਅੱਗੇ ਮੈਡਮ ਜੀ ਜਿਵੇਂ ਅੱਗੇ ਨਹੀਂ ਹੁੰਦੇ ਸੀ, ਟੀਚਰਾਂ ਸਟੂਡੈਂਟ ਨੂੰ ਕਹਿੰਦੇ ਸੀ ਮੇਰੀ ਰੋਟੀ ਕਰਮ ਕਰ ਦਿਓ, ਮੈਨੂੰ ਆਹ ਕਰ ਦਿਓ ਉਹ ਕਰ ਦਿਓ। ਮੈਂ ਤੇ ਹੁਣ ਵੀ ਕਹਿ ਦਿੰਦੀ ਹੁੰਦੀ ਹਾਂ, ਬੱਚਿਆਂ ਨਾਲ ਪਿਆਰ ਬਹੁਤ ਹੈ ਨਾ ਮੇਰਾ। ਹਾਂਜੀ, ਤੇ ਉਹਨੇ ਸਾਨੂੰ ਰੋਜ਼ ਹੀ ਕਹਿਣਾ ਮੇਰੀ ਰੋਟੀ, ਸਾਡੀ ਰੋਟੀ ਗਰਮ ਕਰਕੇ ਰਿਸੈਸ ਟਾਈਮ ਹੈ। ਫਿਰ ਇੱਕ ਦਿਨ ਸਾਨੂੰ ਗੁੱਸਾ ਚੜਿਆ, ਮੈਂ ਉਹਦਾ ਦਹੀਂ ਗਰਮ ਕਰਤਾ, ਮੈਂ ਗਾਂ ਨੂੰ ਤਾਂ ਨਾ ਕਹੂਗੀ। ਹਾਏ, ਚੰਗਾ ਹੋਇਆ ਤੁਸੀਂ ਮੇਰੀ ਕਲਾਸ ਦੇ ਵਿੱਚ ਨਹੀਂ ਪੜੇ, ਤੁਸੀਂ ਤੇ ਮੇਰਾ ਨੁਕਸਾਨ ਹੀ ਕਰਾ ਦੇਣਾ ਸੀ। ਬੱਚੇ ਬੜੀ ਇੱਜ਼ਤ ਕਰਦੇ ਹੁੰਦੇ ਸੀਗੇ, ਡਰਦੇ ਵੀ ਬਹੁਤ ਹੁੰਦੇ ਸੀ, ਸਾਡੇ ਤੋਂ ਤਾਂ ਕੋਈ ਡਰਦਾ ਹੀ ਹੈ ਨੀ। ਅਗਲੇ ਵੀ ਕਿਸੇ ਸਟੂਡੈਂਟ ਦਾ ਫੋਨ ਆ ਗਿਆ, ਕਿਤੇ ਮੇਰੇ ਸਟੂਡੈਂਟ ਨਾ ਹੋਵੇ ਵੀ, ਮੈਂ ਗੱਲ ਕਰ ਲਾਂ। ਜੀ ਓਕੇ ਓਕੇ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ ਹੈ? ਮੈਂ ਗੁਰੀ ਬੋਲਦਾ ਜੀ, ਟੋਰਾਂਟੋ ਤੋਂ। ਗੁਰੀ, ਕਿਹੜੀ ਕਲਾਸ ਤੱਕ ਪੜ੍ਹਿਆ, ਕੀ ਪੜ੍ਹਾਈ ਕੀਤੀ ਆ? ਮੈਂ ਜੀ ਬਸ ਦੋ ਕਲਾਸਾਂ ਹੀ ਪੜ੍ਹਿਆ ਜੀ। ਫਿਰ ਤਾਂ ਤੁਹਾਡੀ ਤੇ ਮੇਰੀ ਕੁਆਲੀਫਿਕੇਸ਼ਨ ਸੇਮ ਹੈ। ਹੱਥ ਮਿਲਾਓ, ਹੱਥ ਮਿਲਾਓ। ਮਿਲਾ ਲਿਆ ਜੀ, ਮਿਲਾ ਲਿਆ। ਓਹੋ, ਫਿਰ ਤਾਂ ਤੁਸੀਂ, ਮੈਨੂੰ ਲੱਗਦਾ ਮੇਰੀ ਕਿਤੇ ਬੈਚਮੇਟ ਬੂਚਮੇਟ ਤਾਂ ਨਹੀਂ ਹੈਗੇ? ਨਹੀਂ ਨਹੀਂ, ਪਰ ਮੈਨੂੰ ਤੁਹਾਨੂੰ ਦੇਖ ਕੇ ਨਾ ਮੇਰੀ ਇੱਕ ਆਪਣੀ ਪੁਰਾਣੀ ਭੈਣ ਜੀ ਯਾਦ ਆ ਗਈ, ਜਿਹਦੀ ਇੰਨੀ ਸੋਹਣੀ ਭੈਣ ਜੀ ਹੁੰਦੀ ਹੈ ਨਾ। ਮੈਨੂੰ ਸੋਹਣੀ ਸੋਹਣੀ ਨਾ ਕੋ, ਮੈਨੂੰ ਬਹੁਤ ਸੰਗ ਲੱਗਦੀ ਹੈ। ਨਹੀਂ ਭੈਣ ਜੀ, ਮੇਰੀ ਨਾ ਇੱਕ ਪੁਰਾਣੀ ਭੈਣ ਜੀ ਸੀ, ਉਹ ਬੜੀ ਸੋਹਣੀ ਸੀ, ਮੈਂ ਤਾਂ ਇਹੀ ਕਿਹਾ ਸੀ, ਮੈਂ ਕਿਹਾ ਜਿਹਦੇ ਇੰਨੇ ਸੋਹਣੇ ਭੈਣ ਜੀ ਹੋਣ, ਇਸ ਤਰ੍ਹਾਂ ਸਾਰਾ ਘਰੇ ਹੀ ਨਾ ਜਾਇਆ ਕਰੀਏ। ਹਾਏ ਦੇਖਿਓ, ਮੇਰੀ ਵੀ ਕਲਾਸ ਦੇ ਇੰਨੇ ਸਾਰੇ ਸਟੂਡੈਂਟ ਹੈ ਨਾ, ਘਰੇ ਨਹੀਂ ਜਾਂਦੇ, ਡੰਡੇ ਮਾਰ ਮਾਰ ਤੋੜਦੇ ਆ, ਡੰਡੇ ਮਾਰ ਮਾਰ, ਮੈਂ ਕਹਿੰਦੀ ਜਾ ਜਾ। ਅਸੀਂ ਤਾਂ ਭੈਣ ਜੀ ਛੁੱਟੀ ਵੀ ਨਾ ਕਰਿਆ ਕਰੀਏ, ਸੰਡੇ ਦੇ ਦਿਨ ਵੀ, ਹੋਰ ਦਿਨੇ ਰਾਤ ਸਕੂਲ 'ਚ ਬੈਠੇ ਰਿਹਾ ਕਰੀਏ, ਭੈਣ ਜੀ ਦੇਖਦੇ ਰਿਹਾ ਕਰੀਏ ਬਸ। ਹਾਏ ਹਾਏ ਹਾਏ, ਤੁਸੀਂ ਇੱਕ ਕੰਮ ਕਰਿਆ ਕਰੋ, ਉਹ ਵਾਲੇ ਭੈਣ ਜੀ ਨੂੰ ਹੁਣ ਤਾਂ ਦੇਖੋ ਵਿਚਾਰੇ ਪਤਾ ਨਹੀਂ ਕਿੱਥੇ ਹੋਣੇ ਕਿੱਥੇ ਨਹੀਂ ਹੋਣੇ, ਪਰ ਆ ਗੁਲਾਬ ਭੈਣ ਜੀ ਤੇ ਆਉਂਦੀ ਆ ਨਾ ਤੁਹਾਨੂੰ ਸਾਰਿਆਂ ਨੂੰ ਪੜ੍ਹਾਉਣ ਵਾਸਤੇ, ਮੇਰੀ ਕਲਾਸ 'ਚ ਆ ਜਾਇਆ ਕਰੋ। ਬਿਲਕੁਲ ਬਿਲਕੁਲ ਭੈਣ ਜੀ, ਅਸੀਂ ਤਾਂ ਘਰੇ ਨਾ ਜਾਇਆ ਕਰੀਏ, ਰੋਟੀ ਪਾਣੀ ਵੀ ਨਾ ਖਾ ਕਰੀਏ, ਬਸ ਭੈਣ ਜੀ ਉਹ ਦੇਖਦੇ ਰਹੇ। ਨਾ ਫਿਰ ਭੈਣ ਜੀ ਨੇ ਇੱਥੇ ਕੋਈ ਚੁੱਲਾ ਲਾ ਰੱਖਿਆ ਜਿਹੜਾ ਤੁਹਾਨੂੰ ਸਾਰਿਆਂ ਨੂੰ ਰੋਟੀਆਂ ਪਕਾ ਪਕਾ ਖਵਾਉਗੀ, ਮੰਮੀ ਤਾਂ ਪਰੌਂਠੇ ਪੈਕ ਕਰਾ ਕੇ ਲਿਆਇਆ ਕਰੋ। ਭੈਣ ਜੀ ਰੋਟੀ ਤਾਂ ਅਸੀਂ ਮੰਗਦੇ ਨਹੀਂ, ਬਸ ਭੈਣ ਜੀ ਉਹ ਦੇਖਦੇ ਰਿਹਾ ਕਰੀਏ। ਹਾਏ ਹੋਏ ਹਾਏ ਹੋਏ ਜੱਬਾ, ਆ ਤੇ ਸਟੂਡੈਂਟ, ਰਹਿਣ ਦੋ ਛੱਡੋ ਪਰੇ, ਸਟੂਡੈਂਟ ਬੜਾ ਪੁਰਾਣਾ ਡਿਸਕਨੈਕਟ ਹੀ ਹੋ ਗਿਆ ਮੇਰਾ ਸਟੂਡੈਂਟ ਤੇ, ਵਿਚਾਰਾ ਇੰਨਾ ਗਵਾਚ ਗਿਆ ਗੱਲਾਂ ਦੇ ਵਿੱਚ। ਅਗਲਾ ਫੋਨ ਆ ਗਿਆ ਹੈ, ਹਾਏ ਹਾਏ ਰੱਬਾ, ਉਹਦਾ ਵੀ ਕਨੈਕਟ ਟੁੱਟ ਗਿਆ, ਆਹ ਵਾਲੇ ਦਾ ਵੀ ਸਟੂਡੈਂਟ ਦਾ ਕਨੈਕਟ ਟੁੱਟ ਗਿਆ, ਅੱਜ ਕੱਲ੍ਹ ਤਾਂ ਟੀਚਰਾਂ ਦੇ ਨਾਲ ਕਨੈਕਟ ਬੱਚਿਆਂ ਦੇ ਟੁੱਟ ਹੀ ਚਲੀ ਜਾਂਦੇ ਨੇ। ਖੈਰ ਕੋਈ ਗੱਲ ਨਹੀਂ, ਆਪਣਾ ਅਗਲਾ ਫੋਨ ਆਪਾਂ ਸੁਣਦੇ ਹਾਂ ਵੀ ਆਹ ਕਿਹਦਾ ਫੋਨ ਹੈ, ਕੌਣ ਮੇਰੇ ਨਾਲ ਗੱਲ ਕਰਨਾ ਚਾਹੁੰਦਾ, ਦੱਸਣਾ ਚਾਹੁੰਦਾ ਆਪਣੀ ਭੈਣ ਜੀ ਦੇ ਬਾਰੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਹੋ? ਹਾਂਜੀ, ਅਸੀਂ ਇੱਥੋਂ ਨਿਊਯਾਰਕ ਤੋਂ ਹੀ ਬੋਲਦੇ ਹਾਂ, ਤੇ ਨੱਚ ਕੇ ਦਿਖਾ ਦਿਓ ਥੋੜਾ ਜਿਹਾ। ਕੀ ਨੱਚ ਕੇ? ਹਾਏ
ਮੈਂ ਕੋਈ ਡਾਂਸ ਟੀਚਰ ਹਾਂ? ਵੈਸੇ ਤਾਂ ਮੈਂ ਗੱਲ ਦੱਸਾਂ, ਮੈਂ ਬੜੀ ਟੈਲੈਂਟਡ ਟੀਚਰ ਹਾਂ, ਤੁਸੀਂ ਕਿਹਾ ਨਾ ਡਾਂਸ ਕਰਕੇ। ਇੱਕ ਮਿੰਟ ਮੈਂ ਆਪਣੀਆਂ ਸਿਲਾਈਆਂ ਸਾਂਭ ਲਾਂ, ਰੁਕੋ ਦੇਖੋ, ਕਰੋ ਕਰੋ ਮੇਰੇ ਨਾਲ ਕਰੋ, ਬੋਲੋ ਤਾ ਠੀਕ ਹੈ, ਤਾ ਠੀਕ, ਠੂੰਗਾ ਹੈ, ਤਾ ਠੂੰਗਾ, ਧੱਕਾ ਠੂੰਗਾ, ਤੁੰਬਾ। ਹਾਏ ਰੱਬਾ, ਆ ਪੰਜਾਬੀਆਂ ਨੇ ਮੇਰੇ ਥੂੰਗੇ ਨੂੰ ਤੁੰਬਾ ਬਣਾ ਛੱਡਿਆ। ਮੇਰੇ ਤਾਂ ਸਟੂਡੈਂਟ ਹਾਂ, ਤਾ ਥੂੰਗਾ, ਤੱਕਾ ਥੂੰਗਾ, ਦਿਗੜਦੇ ਤਾ ਤੱਕਾ ਥੂੰਗਾ। ਹੁਣ ਕਰੀ ਜੋ ਚੇਤੇ, ਆ ਤੁਸੀਂ ਅੱਜ ਯਾਦ ਕਰਕੇ ਆਉਣਾ, ਠੀਕ ਹੈ? ਜਦੋਂ ਅਗਲੀ ਵਾਰੀ ਕਲਾਸ ਚ ਆਉਣਾ ਯਾਦ ਕਰਕੇ ਆਉਣਾ, ਨਹੀਂ ਤੇ ਫੁੱਟਾ ਪਿਆ ਮੇਰੇ ਕੋਲ। ਠੀਕ ਹੈ, ਅਗਲਾ ਵੀ ਫੋਨ ਆ ਗਿਆ, ਦੇਖਾਂ ਹੁਣ ਇਹਨੇ ਕੀ ਸਿੱਖਣਾ ਮੇਰੇ ਤੋਂ। ਓਏ ਮੇਰੇ ਤਾਂ ਸਵੈਟਰ ਰਹਿ ਗਿਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਜੀ। ਕੌਣ ਬੋਲ ਰਿਹਾ ਹੈ? ਅਸੀਂ ਜੋਰਜੀਆ ਤੋਂ ਬੋਲਦੇ ਪਏ ਹਾਂ। ਕਿੱਥੋਂ? ਜੋਰਜੀਆ, ਅਟਲਾਂਟਾ ਜੋਰਜੀਆ। ਕਿੰਨਾ ਔਖਾ ਨਾਂ ਰੱਖਿਆ, ਇਹ ਤੇ ਮੇਰੇ ਵਰਗੀ ਇੰਨੀ ਪੜ੍ਹੀ ਲਿਖੀ ਮੈਡਮ ਨੂੰ ਨਾ ਯਾਦ ਹੋਵੇ। ਹਾਂ, ਕੀ ਨਾਮ ਹੈ ਤੁਹਾਡਾ? ਨਹੀਂ, ਤੁਸੀਂ ਇੰਨੇ ਸਿਆਣੇ ਹੋ, ਇੰਨਾ ਈਜ਼ੀ ਨਾਮ ਹੈ ਸਾਡੇ ਸ਼ਹਿਰ ਦਾ। ਬਹੁਤ ਸੌਖਾ ਨਾਮ ਹੈ। ਕੋਈ ਮੈਡਮ ਇਹੋ ਜਿਹੀ ਜਿਹਨਾਂ ਦਾ ਨਾਂ ਯਾਦ ਹੋਵੇ ਤੁਹਾਨੂੰ, ਵੀ ਹਾਏ ਭੁੱਲਦੇ ਹੀ ਨਹੀਂ ਮੈਡਮ ਜੀ? ਮੇਰੇ ਤੇ ਇਦਾਂ ਦੇ ਬਹੁਤ, ਵੈਸੇ ਅਸੀਂ ਮੈਂ ਤੇ ਇੱਥੇ ਪੜ੍ਹੀ ਆ ਨਿਊਯਾਰਕ ਵਿੱਚ ਹੀ। ਫਿਰ ਤੇ ਕਿਸੇ ਮੈਡਮ ਤੋਂ ਕਦੀ ਕੁੱਟ ਖਾਧੀ ਨਹੀਂ ਹੋਣੀ? ਨਹੀਂ ਨਹੀਂ, ਬਸ ਅਸੀਂ ਨਹੀਂ ਕੁੱਟ ਖਾਧੀ। ਫਿਰ ਪੜ੍ਹਨ ਦਾ ਕੋਈ ਸਵਾਦ ਨਹੀਂ ਆਇਆ ਹੋਣਾ ਤੁਹਾਨੂੰ ਤੇ, ਨਹੀਂ ਨਹੀਂ ਹੈ ਨਾ। ਵੈਸੇ ਤੁਸੀਂ ਇਹ ਸਵੈਟਰ ਨਾ ਗੁਣੋ, ਕਿਉਂਕਿ ਇੱਥੇ ਤੇ ਬੱਚੇ ਕਿੱਥੇ ਬੰਨਦੇ ਨੇ ਇਵੇਂ ਦੇ ਸਵੈਟਰ? ਇੱਥੇ ਨਹੀਂ ਬੰਨਦੇ। ਫਿਰ ਨਹੀਂ, ਇੱਥੇ ਨਹੀਂ ਬੰਨਦੇ। ਤੁਹਾਨੂੰ ਸੈਲਰੀਆਂ ਟਾਈਮ ਤੇ ਦੇ ਦਿੰਦੇ ਨਾ ਸਕੂਲਾਂ ਵਾਲੇ, ਸਾਨੂੰ ਸੈਲਰੀਆਂ ਨਹੀਂ ਮਿਲਦੀਆਂ, ਸਾਨੂੰ ਇਹੀ ਬੁਣ ਬੁਣ ਕੇ ਗੁਜ਼ਾਰੇ ਕਰਨੇ ਪੈਂਦੇ ਆ। ਸਾਡੇ ਜਜ਼ਬਾਤ ਸਮਝੋ, ਅਸੀਂ ਹਾਏ ਹਾਏ ਦੇ ਨਾਰੇ ਲਾ ਲਾ ਕੇ ਬਣੀਆਂ ਹੋਈਆਂ ਟੀਚਰਾਂ। ਚੰਗਾ ਭੈਣ ਜੀ, ਇਹਨਾਂ ਦਾ ਤਾਂ ਫੋਨ ਹੁਣ ਮੈਨੂੰ ਰੱਖਣਾ ਪੈਣਾ। ਪਤਾ ਕੀ ਗੱਲ ਆ, ਤੁਹਾਨੂੰ ਦੱਸਾਂ ਵੀ ਸਾਡੇ ਇੱਥੇ ਤਾਂ ਟੀਚਰਾਂ ਦਾ ਬੜਾ ਹੀ ਔਖਾ ਹੋਇਆ ਪਿਆ। ਵਿਚਾਰੀਆਂ ਪਹਿਲੀ ਗੱਲ ਆਪ ਘੱਟ ਪੜ੍ਹੀਆਂ ਲਿਖੀਆਂ, ਅਤੇ ਅੱਗੇ ਜਿਹੜੇ ਬੱਚਿਆਂ ਨੂੰ ਪੜ੍ਹਨਾ ਪੜ੍ਹਾਉਣ ਜਾਂਦੀਆਂ ਉਹ ਪੜ੍ਹਨੇ ਪਾ ਦਿੰਦੇ ਨੇ। ਵੀ ਪਹਿਲੇ ਸਟੂਡੈਂਟ ਹੁੰਦੇ ਸੀ ਜਿਹੜੇ ਮੈਡਮਾਂ ਦੀ ਉਨੀ ਇੱਜ਼ਤ ਕਰਦੇ ਸੀ, ਪਰ ਤੁਸੀਂ ਸਾਰੇ ਬਾਹਰ ਜਿੰਨੇ ਵੀ ਹੈਗੇ ਆਪਣੇ ਨਿਆਣਿਆਂ ਨੂੰ, ਸਾਰਿਆਂ ਨੂੰ ਕਹੋ ਆਪਣੀ ਟੀਚਰ ਦੀ, ਆਪਣੀ ਮੈਡਮ ਨੂੰ ਗੁਰੂ ਸਮਝਣਾ, ਉਹਨਾਂ ਦੀ ਹਮੇਸ਼ਾ ਇੱਜ਼ਤ ਕਰਨੀ, ਤਾਂ ਹੀ ਤੁਹਾਨੂੰ ਚੰਗੀ ਸਿੱਖਿਆ ਮਿਲਣੀ ਹੈ। ਅਤੇ ਹੁਣ ਮੈਂ ਵੀ ਨਾ ਉੱਦਾਂ ਟਾਈਮ ਪਾਸ ਲਈ ਨਾ ਨਾਲੇ ਨਾ ਸਾਈਡ ਕਲਾਸਾਂ ਲਈ ਬੁਣਤੀ ਦੀਆਂ ਕਲਾਸਾਂ ਵੀ ਦਿੰਦੀ ਹੁੰਦੀਆਂ ਮੇਰੀਆਂ, ਬੜੀਆਂ ਸਾਰੀਆਂ ਸਟੂਡੈਂਟਾਂ ਅਤੇ ਸਟੂਡੈਂਟ ਆਏ ਹੋਣੇ, ਇਹ ਕੀ ਹੁੰਦਾ ਸੀ, ਮੇਲ ਸਟੂਡੈਂਟ ਆਏ ਹੋਣੇ ਸਿੱਖਣ ਵਾਸਤੇ। ਮੈਂ ਜਦੋਂ ਜਾ ਕੇ ਸਾਰਿਆਂ ਨੂੰ ਪੜ੍ਹਨੇ ਪਾਵਾਂ, ਅਤੇ ਉਦੋਂ ਤੱਕ ਤੁਸੀਂ ਵੀ ਪੜ੍ਹਦੇ ਰਹੋ, ਨਹੀਂ ਨਹੀਂ ਮਤਲਬ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਮੰਗਾਓ ਸਮੋਸੇ ਹੁਣ।